ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ ਭਾਵੇਂ ਬਹੁਤ ਤੇਜ਼ੀ ਨਾਲ ਕਰ ਰਿਹਾ ਪਰ ਬੀਤੇ ਦਿਨੀ ਪਾਕਿਸਤਾਨ ਸਰਕਾਰ ਨੇ ਆਪਣੇ ਪਾਸੇ ਤੁਸੀਂ ਬੰਨ ਤੇ ਬਣਨ ਵਾਲੇ ਪੁੱਲ ਦਾ ਕੰਮ ਰੋਕ ਦਿੱਤਾ ਹੈ ਹਾਲਾਂਕਿ ਪਾਕਿਸਤਾਨ ਨੇ ਰਾਵੀ ਤੇ ਬਣ ਰਹੇ ਪੁੱਲ ਦਾ ਕੰਮ ਲਗਭਗ ਸੰਪੂਰਨ ਕਰ ਲਿਆ ਪਰ ਪਾਕਿਸਤਾਨ ਵੱਲ ਤੁਸੀਂ ਬੰਨ ਤੋਂ ਲੈ ਕੇ ਜ਼ੀਰੋ ਲਾਈਨ ਤੱਕ ਬਣਨ ਵਾਲੇ ਪੁੱਲ ਦਾ ਕੰਮ ਰੋਕ ਦਿੱਤਾ ਹੈ ਜਿਸ ਦਾ ਕਾਰਨ ਸਮਾਂ ਘੱਟ ਹੋਣਾ ਦੱਸਿਆ ਜਾ ਰਿਹਾ ਹੈ ਪਾਕਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪੁੱਲ ਨੂੰ 3 ਮਹੀਨੇ 'ਚ ਪੂਰਾ ਕਰਨਾ ਮੁਸ਼ਕਿਲ ਹੈ ਇਸ ਲਈ ਫਿਲਹਾਲ ਬਣ ਦੇ ਉੱਪਰ ਇੱਕ ਆਰਜ਼ੀ ਰਸਤਾ ਬਣਾਇਆ ਜਾ ਰਿਹਾ ਹੈ ਤਾਂ ਕਿ ਸੰਗਤਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਜਦਕਿ ਬਣ ਤੋਂ ਜ਼ੀਰੋ ਲਾਈਨ ਤੱਕ ਪੱਕਾ ਪੁੱਲ ਬਾਅਦ ਦੇ ਵਿੱਚ ਬਣਾਇਆ ਜਾਵੇਗਾ ਇਸ ਵੇਲੇ ਪਾਕਿਸਤਾਨ ਵੱਲ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜ ਵਿੱਚ ਜੁਟੇ ਕੰਮ ਹੈ ਤੁਸੀਂ ਬਣ ਤੇ ਹੁਣ ਵੱਖਰੀ ਸਰਵਿਸ ਲਾਈਨ ਤਿਆਰ ਕਰ ਰਹੇ ਨੇ ਤਾਂ ਕਿ 3 ਮਹੀਨਿਆਂ 'ਚ ਇਹ ਆਰਜ਼ੀ ਰਸਤਾ ਬਣ ਕੇ ਤਿਆਰ ਹੋ ਜਾਵੇ ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਖੋਲਣ ਦਾ ਟੀਚਾ ਲੈ ਕੇ ਚੱਲੇ ਦੋਵੇਂ ਮੁਲਕ ਲਾਂਘੇ ਦਾ ਨਿਰਮਾਣ ਕਾਰਜ ਚੰਗੀ ਪੱਧਰ ਤੇ ਕਰ ਰਹੇ ਨੇ ਜਿੱਥੇ ਪਾਕਿਸਤਾਨ ਆਪਣਾ 85% ਕੰਮ ਮੁਕੰਮਲ ਕਰ ਚੁੱਕਿਆ ਉੱਥੇ ਹੀ ਭਾਰਤੀ ਨਿਰਮਾਣ ਕੰਪਨੀਆਂ ਦੇ ਅਧਿਕਾਰੀ ਵੀ 50% ਤੋਂ ਵੱਧ ਕੰਮ ਪੂਰਾ ਹੋਣਾ ਦੱਸ ਰਹੇ ਨੇ ਤੇ ਜਲਦ ਹੀ ਕੰਮ ਨੇਪਰੇ ਚਾੜਨ ਦੇ ਲਈ ਦਿਨ ਰਾਤ ਇੱਕ ਕਰ ਰਹੇ ਨੇ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ